फगवाड़ा दे सचरा महला दे लोकां ने महल्ले च थां थां तो टुट्टी सड़क अते जगह जगह बने खड्डियां तो अके लोकां ने प्रशासन पासों सड़क बनाउण दी कीती मंग। नाल ही महल्ले दे वसनीकां वल्लों कह दित्तियां गईआं इह गल्लां। देखो पूरा मामला इस वीडियो दे अंदर। बतनकी राहे तो ध्रुव कलूचा दी रिपोर्ट। ਕੀ ਨਾਮ ਆਪਣਾ? ਬੂਟਾ ਰਾਮ ਜੱਸਲ। ਕਿਹੜਾ ਮਹੱਲਾ ਪੈਂਦਾ ਜੀ ਇਹ? ਮਹੱਲਾ ਰਹਿਣੀ ਸਾਨੂੰ ਪਤਾ, ਇੱਥੇ ਨਾ ਬਾੜ ਵਾਲੇ ਦਾ ਪਤਾ ਨਾ ਮਹੱਲੇ ਦਾ ਸਾਨੂੰ ਪਤਾ। ਹੁਣ ਪਤਾ ਨਹੀਂ ਕਿੰਨਾ ਕਿ 81 ਨੰਬਰ ਹੋ ਗਿਆ, ਪਹਿਲਾਂ ਕੋਈ 17 ਨੰਬਰ ਸੀ, ਹੁਣ ਪਤਾ ਨਹੀਂ ਕਿੰਨਾ ਨੰਬਰ ਹੈ, ਕਿਹੜੇ ਸੂਟ ਨੇ ਖੜਾ ਹੋਣਾ ਹੈ ਕੀ। ਇਹ ਤਾਂ ਅਸੀਂ ਖੜੇ ਨਹੀਂ ਹੋਣ ਦੇਣਾ। ਨਹੀਂ ਦਿੱਕਤ ਕੀ ਆ ਰਹੀ ਹੈ ਤੁਹਾਨੂੰ ਮਹੱਲੇ 'ਚ? ਦਿੱਕਤ ਤਾਂ ਤੁਹਾਡੇ ਸਾਹਮਣੇ ਹੀ ਆ, ਨਿਆਣੇ ਸਾਈਕਲ ਚਲਾਉਂਦੇ, ਉਹ ਡਿੱਗੇ ਹੁੰਦੇ ਆ, ਉੱਠ ਕੇ ਚੱਕੋ ਉਹਨਾਂ ਨੂੰ, ਸਕੂਟਰ ਦੀਆਂ ਟੱਕਰਾਂ ਲੱਗਦੀਆਂ ਇੱਥੇ ਆ ਕੇ, ਐਕਸੀਡੈਂਟ ਟੋਏ ਪਏ ਆ, ਜ਼ਮੀਨ ਜਿਹੜੀ ਆ ਥੱਲੇ ਬੈਠ ਕੇ ਖਾਬਿਆਂ ਦੀ, ਇਹਦੇ ਪਤਾ ਧਿਆਨ ਕੋਈ ਨਹੀਂ ਦਿੰਦਾ। ਜੇ ਅਸੀਂ ਕਹੀਏ ਨਾ ਭਾਈ ਵਿੱਕੀ ਸਾਹਿਬ ਇੱਧਰ ਆਉਣਗੇ, ਉਹ ਕਦੀ ਆਉਂਦੇ ਨਹੀਂ ਇੱਧਰ ਹੁਣ। ਅੱਛਾ ਜੀ। ਉਹ ਕਹਿੰਦੇ ਉਹਨੂੰ ਬਚੇ ਨੇ ਥੋੜ੍ਹੇ ਜਿਹਾ ਪੈਸੇ। ਜਿਹੜੀ ਆਪਾਂ ਸੜਕ ਹੁਣ ਮੌਕੇ 'ਤੇ ਦੇਖੀ ਆ, ਤੁਸੀਂ ਵੀ ਦੇਖੀ ਆ, ਕੀ ਲੱਗ ਰਿਹਾ ਤੁਹਾਨੂੰ ਕਿੰਨੀ ਕੁ ਵਾਰ ਉਹ ਬਣ ਚੁੱਕੀ ਆ ਸਾਲ ਦੇ ਅੰਦਰ? ਇਹ ਤਾਂ ਬਹੁਤ ਮਿਹਨਤ ਤੁਹਾਡੇ ਕੀਤੀ, 2-2.5 ਮਹੀਨੇ ਚੱਲੀ ਸੀ ਸੜਕ ਇਹ, 2-2.5 ਮਹੀਨੇ 'ਚ ਸਾਰੇ ਟੋਏ ਪੈ ਗਏ ਸੀਗੇ, ਬਾਕੀ ਸਮਾਨ ਉਹ ਲੈ ਗਏ ਸੀ ਚੱਕ ਕੇ, ਰੇਤਾ ਬਦਲੀ। ਪਹਿਲਾਂ ਕੌਣ ਸੀ ਇੱਥੇ ਜਿਹਨੇ ਬਣਵਾਈ ਹੈ? ਕਿਸੇ ਕੋਈ MC ਨੇ ਕਿਸੇ ਨੇ ਬਣਾਈ ਹੈ, ਕਈਆਂ ਨੇ ਬਣਾਈ ਆ, ਅਸੀਂ ਆਪਣੇ ਮੂਹਰੇ ਪੱਟਣ ਨੇ ਦਿੱਤੀ। ਮੈਂ ਕਿਹਾ ਇਹਨੂੰ ਰਹਿਣ ਦਿਓ ਕੱਚੀ, ਤੁਸੀਂ ਆ ਪੱਕੀ ਬਣਾ ਲਓ, ਜਿਹੜੀ ਬਣਦੀ ਆ ਪੱਕੀ ਤੁਸੀਂ ਦੇਖ ਲਓ ਹੁਣ ਜਿਹੜੀ ਬਣੀ ਹੋਈ ਆ। ਕਿਹਦੀ ਲਾਪਰਵਾਹੀ ਮੰਨਦੇ ਆ ਤੁਸੀਂ? ਜਿਸ ਤਰ੍ਹਾਂ ਸੜਕ ਦਾ ਹਾਲ ਆ, ਜੇ ਸਾਲ 'ਚ ਬਣੀ ਆ, ਸਾਲ ਤੁਸੀਂ ਕਹਿੰਦੇ ਟਾਈਮ ਹੋਇਆ ਬਣੀ ਨੂੰ, ਅਤੇ ਸਾਲ ਦੇ ਵਿੱਚ ਜਿਹੜੇ ਖੱਡੇ ਪੈ ਗਏ, ਅਤੇ ਤੁਹਾਨੂੰ ਕੀ ਲੱਗ ਰਿਹਾ ਇਹਦੇ 'ਚ ਕਿੰਨੀ ਕੁ ਮਿਲਾਵਟ ਪਾਈ ਇਹਨਾਂ ਨੇ? ਮਿਲਾਵਟ ਨਹੀਂ ਹੈ, ਚੋਈ ਜਦ ਪਾਏ ਰੇਤਾ ਰੇਤੇ 'ਚ ਮਿਲਾਵਟ ਥੋੜ੍ਹਾ ਹੋਣੀ ਆ, ਮਿਲਾਵਟ ਤਾਂ ਸੀਮਿੰਟ 'ਚ ਹੁੰਦੀ ਆ, ਸੀਮਿੰਟ ਪਾਇਆ ਹੀ ਨੇ ਵਿੱਚ ਇਹਦੇ, ਇਸ ਕਰਕੇ ਪ੍ਰਭੂ ਦੀ ਕਿਰਪਾ ਇੱਥੇ ਹੋਈ ਆ। 2 ਕੁ ਮਹੀਨੇ ਬਾਅਦ ਟੁੱਟ ਗਈ ਸੀ ਪੂਰੀ ਦੀ ਪੂਰੀ ਸੜਕ। ਅੱਛਾ ਜੀ। ਹਾਂ, ਕੀ ਤਾਂ ਨਿਆਣੇ ਦਾ ਖਤਰਾ ਹੁੰਦਾ ਵੀ ਆਲੇ ਦੁਆਲੇ ਸੜਕ ਬੈਠੀ ਹੋਈ, ਕਿਤੇ ਨਿਆਣਾ ਵਿੱਚ ਨਾ ਜਾ ਬਦਲ ਪੜੇ। ਹੁਣ ਤਾਂ ਨਵੀਂ ਸਰਕਾਰ ਆਈ ਹੈ, ਕੀ ਮੰਗ ਕਰਦੇ ਹੋ ਤੁਸੀਂ? ਕਿਹੜੀ ਸਰਕਾਰ ਆਈ? ਆਪਦੀ ਨਵੀਂ ਆ ਗਈ ਹੈ, ਹੁਣ ਤੁਹਾਨੂੰ ਉਮੀਦ ਹੈ ਕੁਛ? ਉਮੀਦ ਤਾਂ ਸਾਨੂੰ ਹਾਲੇ ਕੋਈ ਨਹੀਂ, ਕਿਉਂਕਿ ਉਮੀਦ ਵਾਲਾ ਤਾਂ ਸਾਨੂੰ ਮੈਂਬਰ ਨੇ ਪਤਾ ਇੱਥੇ ਹੈ ਕੋਈ, ਕੋਈ ਨਹੀਂ ਪਤਾ। ਸਾਨੂੰ ਤਾਂ ਸਿਰਫ ਇਹ ਪਤਾ ਸੀ ਵੀ ਵਿੱਕੀ ਸੂਦ ਇੱਧਰ ਸੀਗਾ, ਸਾਡਾ ਮਿਊਂਸੀਪਲ ਕਮਿਸ਼ਨਰ, ਉਹਨਾਂ ਨੂੰ ਅਸੀਂ ਰਿਪੋਰਟ ਕੀਤੀ ਸੀ ਵੀ ਮਾੜਾ ਜਿਹਾ ਦੇਖੋ ਵੀ 2 ਮਹੀਨੇ। ਉਹ ਕਹਿੰਦਾ ਕੀ ਗੱਲ ਕਰੀਏ, ਹੁਣ ਬਚਿਆ ਹੀ ਨਹੀਂ ਵਿਚਾਰੇ ਨੂੰ ਕੁਛ, 35% ਬਚਿਆ ਸੀ, ਕਹਿੰਦਾ ਹੁਣ 35% 'ਚ ਕੀ ਕਰੇ, ਕਮਿਸ਼ਨ ਬਹੁਤ ਦੇਣੀ ਪੈਂਦੀ ਕਹਿੰਦਾ ਮਿਊਂਸੀਪੈਲਿਟੀ 'ਚ। ਤੁਹਾਡੇ ਕਹਿਣ ਦਾ ਮਤਲਬ ਵੀ ਰੇਤਾ ਪਾ ਕੇ ਵੀ ਕੁਛ ਨਹੀਂ ਬਚਿਆ? ਰੇਤਾ ਪਾ ਕੇ ਵੀ ਕੁਛ ਨਹੀਂ ਬਚਿਆ, ਰੇਤਾ ਵੀ ਲੈ ਕੇ ਚੱਕ ਕੇ ਉਹ ਜਾਣ ਲੱਗੇ। ਜਿਸ ਤਰ੍ਹਾਂ ਕੌਂਸਲ ਦੀ ਵੋਟਾਂ ਆ ਰਹੀਆਂ, ਉਮੀਦਵਾਰ ਨਵੇਂ ਨਵੇਂ ਖੜੇ ਹੋ ਰਹੇ, ਤੁਹਾਨੂੰ ਕੋਈ ਹੈ ਉਮੀਦ, ਕੋਈ ਆਇਆ ਤੁਹਾਡੇ ਕੋਲ ਮਿਲਣ? ਕੋਈ ਨਹੀਂ, ਹਾਲੇ ਤਾਂ ਨਹੀਂ ਆਏ, ਹਾਲੇ ਨਹੀਂ ਉਹਨਾਂ ਦੇ ਮੈਂਬਰ, ਹਾਲੇ ਉਹ ਸਲਾਹ ਕਰਦੇ ਵੀ ਉੱਧਰ ਜਾਈਏ ਕਿ ਨਾ ਜਾਈਏ, ਕਿਉਂਕਿ ਪਹਿਲਾਂ ਸੜਕ ਬਣਾਉਣੀ ਪੈਣੀ ਆ ਉਹਨਾਂ ਨੂੰ। ਅੱਛਾ ਜੀ। ਤਾਂ ਫਿਰ ਉਹ ਇੱਧਰ ਆਉਣਗੇ, ਫਿਰ ਲੱਡੂਆਂ ਦਾ ਡੱਬਾ ਹੱਥ 'ਚ ਫੜਿਆ ਹੋਊਗਾ, ਇੱਕ ਇੱਕ ਲੱਡੂ ਹਰੇਕ ਨੂੰ ਖਿਲਾਉਣਗੇ ਉਹ ਭੰਗ ਵਾਲਾ, ਵੀ ਤੁਸੀਂ ਮੈਨੂੰ ਵੋਟਾਂ ਪਾ ਦਿਓ, ਬਾਕੀਆਂ ਨੂੰ ਛੱਡ ਦਿਓ। ਹਾਲੇ ਤਾਂ ਕੋਈ ਨਹੀਂ ਆਇਆ ਸਾਡੇ ਵਾਲਾ, ਉਮੀਦ ਵੀ ਨਹੀਂ ਕਿਸੇ ਨੇ ਆਉਣਾ। ਜਿਸ ਤਰ੍ਹਾਂ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਆ, ਕੀ ਲੱਗ ਰਿਹਾ ਸਭ ਫੇਲ? ਨਹੀਂ ਨਹੀਂ, ਵਾਅਦੇ ਬੂਦੇ ਹੋ, ਵਾਅਦੇ ਕਿਆ ਵਫਾ ਹੋ ਗਏ, ਉਹ ਵਾਅਦੇ ਕਿਆ ਜੋ ਵਫਾ ਹੋ ਗਏ, ਇੱਥੇ ਵਾਅਦੇ ਬੂਦੇ ਨਹੀਂ ਚੱਲਦੇ ਕੋਈ ਵੀ, ਨਾਲੇ ਜਿਹੜਾ ਲੀਡ ਹੋਵੇ ਉਹਦਾ ਵਾਅਦਾ ਕਾਹਦਾ? ਅੱਛਾ ਜੀ। ਲੀਡ ਬਣਦਾ ਹੀ ਉਹ ਜਿਹਨੂੰ ਵਾਅਦਾ ਕਰਕੇ ਭੁਰਨਾ ਹੁੰਦਾ ਹੋਵੇ। ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਤੁਸੀਂ? ਮੰਗ ਮੈਂ ਦੱਸੋ, ਫਿਰ ਤੁਸੀਂ ਬਾਰ ਬਾਰ ਉਹੀ ਪੁੱਛਿਆ, ਅਸੀਂ ਤਾਂ ਸੜਕ ਚਾਹੁੰਦੇ ਹਾਂ, ਸੜਕ ਸਾਡੇ ਕੋਲ, ਸਾਡੇ ਨਿਆਣੇ ਖੇਡਦੇ ਹੋਣ, ਸੜਕ ਖਰੀ ਬਣੀ ਹੋਵੇ, ਇੱਥੇ ਆਉਣ ਵਾਲਿਆਂ ਨੂੰ ਸ਼ੋਭਾ ਦੇਣ, ਵੀ ਮੁਨਸਿਪਲ ਇਹ ਜਿਹੜਾ ਏਰੀਆ ਬਹੁਤ ਸੋਹਣਾ ਆ, ਸਾਫ਼ ਸੁਥਰਾ ਆ, ਬਈ ਇੱਧਰ ਕਿਸੇ ਨੇ ਆਉਣਾ ਹੀ ਨਹੀਂ। ਸਰ ਕੀ ਮਾਮਲਾ ਜਿਹੜੀ ਸੜਕ ਦਾ ਤੁਸੀਂ? ਜੀ ਮੈਂ ਸੱਚਰਾਂ ਮੱਲੇ ਰਮਨ ਦਾ ਸਮਾਜ ਸੇਵਕ ਮੈਂ ਰਹਿੰਦਾ ਜੀ, ਸਾਡੇ ਮੱਲੇ ਦੀ ਸੜਕ ਜਿਹਦਾ ਅੰਕਲ ਜੀ ਨੇ ਤੁਹਾਨੂੰ ਸਾਰੀ ਡਿਟੇਲ 'ਚ ਦੱਸ ਦਿੱਤਾ ਵੀ ਇਹ ਸੜਕ ਜਿਹੜੀ ਆ, ਮੈਂ ਕਿਹਾ ਸਾਲ 'ਚ 4 ਵਾਰੀ ਬਣੀ ਹੈ, ਉਹ ਸੜਕ ਦਾ ਹਾਲ ਤੁਸੀਂ ਦੇਖ ਲਿਆ ਕੀ ਆ, ਜਿਹੜੀ ਪੁਰਾਣੀ ਸੜਕ ਆ ਦੇਖੋ ਕਿੰਨੀ ਵਧੀਆ ਮਜ਼ਬੂਤ ਸੜਕ, ਇਹਦੇ ਬਿਜਲੀ ਦੇ 2 ਖੰਭੇ ਆ ਜਿਹੜਾ ਤੁਸੀਂ ਮੇਰੇ ਖਿਆਲ ਤੁਸੀਂ ਕਵਰ ਵੀ ਕੀਤੇ ਹੋਣੇ ਆ, ਦੋਨੋਂ ਖੰਭਾ ਜਿਹੜੇ ਬਿਜਲੀ ਦੇ ਡਿੱਗਣ ਵਾਲੇ ਆ, ਉਹ ਕਿਸੇ ਵੇਲੇ ਵੀ ਡਿੱਗ ਸਕਦੇ ਆ, ਪ੍ਰਸ਼ਾਸਨ ਜਿਹੜਾ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ। ਸਾਡੀ ਡਿਮਾਂਡ ਪ੍ਰਸ਼ਾਸਨ ਬਾਰੇ ਇੱਕੋ ਹੀ ਆ ਕਿ ਕੋਈ ਵੀ ਆ ਕੇ ਇੱਥੇ ਸਾਡੀ ਸੁੱਧ ਲਵੇ, ਜਦੋਂ ਵੋਟਾਂ ਦੇ ਵਿੱਚ ਤੁਸੀਂ ਆਉਣਾ ਆ ਤਾਂ ਇੱਥੇ ਮੱਲੇ ਨੇ ਕਿਸੇ ਨੇ ਵੀ ਤੁਹਾਡੇ ਕੋਲ ਬਾਹਰ ਨਹੀਂ ਆਉਣਾ, ਨਾ ਤੁਹਾਡਾ ਵੈਲਕਮ ਕਰਨਾ, ਇਸ ਕਰਕੇ ਮੈਂ ਕਿਸੇ ਦੇ ਅਗੇਂਸਟ ਨਹੀਂ ਹੈਗਾ, ਮੈਂ ਕਿਸੇ ਦਾ ਵਹੀ ਪ੍ਰਸ਼ਾਸਨ ਨੂੰ ਕਹਿ ਰਿਹਾ ਕਿ ਅਸੀਂ ਟੈਕਸ ਵੀ ਦਿੰਦੇ ਹਾਂ, ਔਰ ਇਸ ਮੱਲੇ 'ਚ ਅਸੀਂ ਸ਼ੁਰੂ ਤੋਂ ਰਹਿ ਰਹੇ ਹਾਂ, ਜਦੋਂ ਜੰਮੇ ਪੱਲੇ ਆ, ਜਿੰਨੇ ਇੱਥੇ ਬੰਦੇ ਖੜ੍ਹੇ ਆ ਸਾਰੇ ਮੱਲੇਦਾਰ ਬੰਦੇ ਆ,
ਸੋ ਮੈਂ ਪ੍ਰਸ਼ਾਸਨ ਮੂਹਰੇ ਇੱਕੋ ਹੀ ਬੇਨਤੀ ਕਰਦਾ ਕਿ ਸਾਡੇ ਮੁਹੱਲੇ ਕੇ ਆ ਕੇ ਵਿਜਿਟ ਕਰੋ। ਸਾਡੇ ਬਜ਼ੁਰਗ ਅੰਕਲ ਜਿਹੜੇ ਇੱਥੇ ਸ਼ੁਰੂ ਤੋਂ ਰਹਿ ਰਹੇ ਆ, ਬੁੱਟੀ ਰਾਮ ਅੰਕਲ ਜੀ ਸਾਡੇ ਬਜ਼ੁਰਗ ਆ, ਇਹਨਾਂ ਨੇ ਤੁਹਾਨੂੰ ਸਾਰੀ ਡਿਟੇਲ 'ਚ ਦੱਸ ਦਿੱਤਾ। ਮੈਂ ਵੀ ਤੁਹਾਨੂੰ ਇਹੀ ਗੱਲ ਦੱਸ ਰਿਹਾ ਵੀ ਇੱਥੇ ਖੰਭਿਆਂ ਦਾ ਬੁਰਾ ਹਾਲ ਆ। ਨਹਿਰਾ ਸਾਹਿਬ ਜਿਹੜੇ ਤੁਸੀਂ ਖੰਭੇ ਕਹਿ ਰਹੇ ਆ, ਖੰਭਿਆਂ ਦਾ ਕਿਸੇ ਬਿਜਲੀ ਮਹਿਕਮੇ ਨੂੰ ਕਿਸੇ ਨੂੰ ਸ਼ਿਕਾਇਤ ਕੀਤੀ? ਹਾਂ ਜੀ, ਇੱਥੇ ਆ ਕੇ ਦੇਖਦੇ ਹੀ ਆ ਲੋਕੀ, ਜਦੋਂ ਬਿਜਲੀ ਦੀ ਤਾਰਾਂ ਖਰਾਬ ਹੁੰਦੀਆਂ, ਇੱਕ ਖੰਭਾ ਅਸੀਂ ਇੱਟਾਂ ਲਾ ਕੇ ਖੜਾ ਕੀਤਾ, ਉਹ ਪਸਲੇ ਵੀ ਡਿੱਗ ਸਕਦਾ। ਇੱਕ ਬੰਦੇ ਦੇ ਖੱਡ ਕਿੰਨੀਆਂ ਤੁਸੀਂ ਦੇਖ ਲਓ, ਖੱਡਾਂ ਤੁਸੀਂ ਸਾਰੀਆਂ ਕਵਰ ਕਰ ਲਈਆਂ ਆ। ਪ੍ਰਸ਼ਾਸਨ ਮੂਹਰੇ ਬੇਨਤੀ ਆ ਵਾਰ ਵਾਰ ਇੱਕੋ ਹੀ ਕਿ ਆ ਕੇ ਸੜਕ ਦਾ ਸੁੱਧ ਲਵੋ, ਨਹੀਂ ਤਾਂ ਜਦੋਂ ਵੋਟਾਂ ਇੱਥੇ ਕੋਈ ਲੈਣ ਆਊਗਾ ਤਾਂ ਅਸੀਂ ਮੁਹੱਲੇ ਵਾਲਿਆਂ ਨੇ ਬਾਈਕਾਟ ਕਰਕੇ ਕਿਸੇ ਨੂੰ ਵੋਟ ਨਹੀਂ ਪਾਣੀ। ਮੈਂ ਇਸੇ ਕਰਕੇ ਵਾਰ ਵਾਰ ਬੇਨਤੀ ਕਰਦਾ ਕਿ ਆਓ ਔਰ ਸਾਡੇ ਮੁਹੱਲੇ ਦੀ ਸੁੱਧ ਲਵੋ, ਕਿਉਂਕਿ ਅਸੀਂ ਲੋਕ ਵੀ ਇਸ ਮੁਹੱਲੇ ਦੇ ਵਸਨੀਕ ਹਾਂ। ਡੇਂਗੂ ਇੰਨਾ ਫੈਲਿਆ ਹੋਇਆ ਔਰ ਇੱਥੇ ਜਦੋਂ ਬਾਰਿਸ਼ ਹੋਈ ਸਾਰਾ ਪਾਣੀ ਰੁਕਦਾ ਕੱਢਿਆ, ਔਰ ਇੰਨੇ ਇੰਨੇ ਚਿੱਕੜ ਦੇ ਨਾਲ ਬੁਰਾ ਹਾਲ ਹੁੰਦਾ, ਕਿਸੇ ਦਾ ਪੈਰ ਮੁੜਦਾ, ਕਿਸੇ ਦਾ ਕੋਈ ਡਿੱਗਦਾ, ਕੋਈ ਬਜ਼ੁਰਗ ਡਿੱਗਦਾ, ਕੋਈ ਬੱਚਾ ਡਿੱਗਦਾ, ਕੋਈ ਲੇਡੀ ਤੁਰੇ ਜਾਂਦੇ ਡਿੱਗਦੀ ਆ, ਮੇਰਾ ਖੁਦ ਦਾ ਪੈਰ ਇੱਥੇ ਮੁੜਿਆ ਆ ਕੇ। ਸੋ ਮੈਂ ਬੇਨਤੀ ਵਾਰ ਵਾਰ ਇੱਕੋ ਹੀ ਕਰਦਾ ਕਿ ਆਓ ਔਰ ਇੱਥੇ ਆ ਕੇ ਦੇਖੋ ਔਰ ਵਿਜ਼ਿਟ ਕਰੋ, ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਤੋਂ ਜਾਗੋ। ਇੰਨੀ ਗਰਮੀ ਆ, ਡੇਂਗੂ ਫੈਲਿਆ, ਮਲੇਰੀਆ ਫੈਲਿਆ, ਇਹਨੂੰ ਆ ਕੇ ਦੂਰ ਕਰੋ। ਬਹੁਤ ਬਹੁਤ ਧੰਨਵਾਦ।